ਇਸ ਵੀਡੀਓ ਵਿੱਚ ਤੁਹਾਨੂੰ ਮੈਂ ਦੱਸੂੰਗਾ ਕਿਵੇਂ ਤੁਸੀਂ ਆਈਫੋਨ 15 ਜੇ ਸਕਦੇ ਹੋ ਸਿਰਫ 1 ਰੁਪਏ ਦੇ ਵਿੱਚ। ਯਕੀਨ ਨਹੀਂ ਹੋਇਆ ਆਈਫੋਨ 15 1 ਰੁਪਏ ਦੇ ਵਿੱਚ, ਤਾਂ ਕਰਕੇ ਪੂਰੀ ਵੀਡੀਓ ਦੇਖੋ। ਆਹ ਦੇਖ ਲਓ ਮੇਰੇ ਭਰਾ ਨੇ ਪੈਸੇ ਬਾਈ ਸੱਚੀ ਦੇਖ ਲਓ ਅਰੇਂਜ ਕਰ ਲਏ ਹੋਇਆ ਵੀ ਭਰਾ ਨੂੰ ਅੱਜ ਪੂਰੀ ਸ਼ਾਪਿੰਗ ਕਰਾਉਣੀ ਆ। ਯੈਸ ਵਾਲੇ ਵਿੱਚ ਕਮੀ ਨਹੀਂ ਹੋਣੀ ਚਾਹੀਦੀ। ਨਾ ਇਹਦੇ ਹੱਥੇ ਗੁਰਦੇ ਵਿਕੜਿਆ, ਰਾਜ ਦੀ ਅੱਖਾਂ ਵਿਕਣੀਆਂ, ਵਿਕੂਗਾ ਕੀ ਆ ਤੇਰਾ? ਕੌਣ ਨਹੀਂ ਵੇਖ ਰਿਹਾ ਜ਼ਮੀਰ? ਵੇਖ ਜੂ ਇਹਦੀ ਜ਼ਮੀਰ ਤਾਂ ਪਹਿਲਾਂ ਹੀ ਵਿਕੀ ਪਈ ਆ। ਪਿੰਚ ਬੈਠ ਵੀਰੇ। ਹਾਂ ਹਾਂ ਵੀਰੇ ਬਈ, ਯੈਸ ਤੁਸੀਂ ਨਾ ਤਾਂ ਕਰ ਨਹੀਂ ਸਕਦੇ, ਇੰਚ ਬੈਠ ਵੀਰੇ। ਬਈ ਜੀ ਆਹ ਵਾਲਾ ਫੋਨ ਮੈਂ ਲੈਣਾ ਵਾ, ਲੈ ਦਿਓ ਮੈਨੂੰ ਇਹ ਵਾਲਾ। ਤੁਹਾਨੂੰ ਆਹ ਲੈ ਦੇ, ਉਹਨਾਂ ਨੇ ਹੈ 5000 ਦਾ ਵੀਰੇ। ਉਹ ਡਿਸਕਾਊਂਟ ਆ 5000 ਦਾ। ਲਓ ਜੀ ਫੋਨ ਬਈ ਮਿਲ ਚੁੱਕਿਆ, ਫਾਈਨਲੀ ਦਵਾ ਤਾ ਬਈ, ਯਕੀਨ ਹੈ ਨਹੀਂ ਸੀਗਾ। ਤੁਹਾਡੇ ਘਰ ਫਿਰ ਸਵਾਗਤ ਆ ਬੀਂਗ ਸਰਦਾਰ ਦੇ ਘੈਂਟ ਦੇ ਚੈਨਲ ਦੇ ਵਿੱਚ, ਤੇ ਅੱਜ ਫਾਈਨਲੀ ਹੋਣ ਵਾਲਾ ਵਾ ਸੇ ਯੈਸ ਟੂ ਹਰਸ਼ ਫੋਰ 24 ਆਰ। ਫਾਈਨਲੀ ਆਪਾਂ ਯਾਰ ਤੋਂ ਜਿਹੜੇ ਆ ਮਨਾਲੇ ਹੋਇਆ ਪੈਸਾ ਪੋ ਖਰਚ ਨੂੰ ਬਈ ਖਰਚ ਦੋਗੇ ਮੇਰੇ ਤੇ? ਹਾਂਜੀ ਓਕੇ, ਰਿਪੋਰਟ ਹੋਈ ਪਈ ਹੈ ਸਾਰੀ ਗੱਲਬਾਤ ਤੇ ਨਾ, ਤਾਂ ਹੀ ਮੈਂ ਤੁਹਾਨੂੰ ਪਤਾ ਵੀ ਇਹਨਾਂ ਤੇ ਉਮੀਦ ਥੋੜੀ ਘੱਟ ਸੀਗੀ, ਤਾਂ ਅਮੀਰ ਜਿਹਾ ਬੰਦਾ ਫੜਿਆ ਇਹ ਚੈਲੰਜ ਲਈ, ਹੈ ਨਾ? ਤਾਂ ਬਰਾਬਰ ਚੱਲਦੇ ਹੋ ਚੈਲੰਜ ਨੂੰ ਸਟਾਰਟ ਕਰਦੇ। ਚਲੋ ਬਈ ਲੇਸ ਖਵਾਓ ਮੈਨੂੰ। ਲੇਸ ਲੇਸ ਦਿਖਾਏਗਾ ਤੂੰ ਜਵਾ ਕੇ ਨਿਕਾ ਜਿਹਾ ਜੂਸ ਪੀਊਂਗਾ ਜੂਸ ਅੱਜ ਬਈ। ਕੈਰੀ ਨੇ 100 ਰੁਪਇਆ ਲੈ ਲਿਆ ਹੋਇਆ ਘਰੋਂ ਵੀ ਆ। 100 ਮੈਂ ਚੱਕ ਲਿਆ, 100 ਅਮਨ ਨੇ 100 ਰੁਪਇਆ ਗੋਪੇ 4 ਗਲਾਸ ਜੂਸ ਦੇ ਕਰਾਉਣੀ ਆ ਐਸ਼ ਐਸ ਬਾਈ। ਹੁਣ ਤੈਨੂੰ ਜੂਸ ਵੀ ਪਿਆਵਾਂਗੇ ਬਾਈ, ਜੂਸ ਪੀਏਗਾ ਨਾ? ਜੂਸ ਪੀਊਂਗਾ। ਬਾਕੀ ਕਿੰਨੇ ਪੈਸੇ ਚੱਕੇ ਹੋ ਤੁਸੀਂ ਚੈਲੰਜ ਲਈ ਬਾਈ? ਹੈਗਾ 350 ਲੱਗ ਗਿਆ ਸਾਰੇ ਕੋਲ। ਕਮ ਸੇ ਕਮ ਵੀਰੇ 50000 ਰੁਪਏ ਚੱਕੋ, ਮੇਰੀਆਂ ਬਹੁਤ ਲੋੜਾਂ ਨੇ, ਮੈਂ ਫੋਨ ਫਾਨ ਵੀ ਲੈਣੇ ਆ। ਦੇਖ ਬਾਈ ਤੇਰੀਆਂ ਲੋੜਾਂ ਅਸੀਂ ਉਹੀ ਪੂਰੀਆਂ ਕਰੀ ਜਾਂਦੇ ਆ। ਦੇਖ ਲਓ ਮੇਰੇ ਭਰਾ ਨੇ ਪੈਸੇ ਬਾਈ ਸੱਚੀ ਦੇਖ ਲਓ ਅਰੇਂਜ ਕਰ ਲਏ ਹੋਇਆ ਵੀ ਭਰਾ ਨੂੰ ਅੱਜ ਪੂਰੀ ਸ਼ਾਪਿੰਗ ਕਰਾਉਣੀ ਆ। ਯੈਸ ਵਾਲੇ ਵਿੱਚ ਕਮੀ ਨਹੀਂ ਹੋਣੀ ਚਾਹੀਦੀ। ਇਹਨੂੰ ਕਹਿਣ ਦੀ ਲੋੜ ਨਹੀਂ ਪੈਣੀ ਬਾਈ, ਕਿਹਨੂੰ ਆ ਦਵਾ ਦੋ ਉਹ ਦਵਾ ਦੋ, ਕੋਈ ਆਪਣੇ ਆਪ ਹੀ ਹਨਾ। ਹਾਂ ਆਦੇ ਮੈਂ ਜੂਸ ਤੈਨੂੰ ਆਪਣੇ ਆਪ ਪਿਆ ਯਾਰ। ਹੁਣ ਫੜਾਵਾਂ ਤੈਨੂੰ ਜੂਸ ਪਿਆਉ, ਦੂਆ ਆਪਾਂ ਕਿਤੇ ਹੋਰ ਚੱਲਦੇ ਆ। ਹੁਣ ਬਾਈ ਜੀ ਜੂਸ ਪੀ ਲਿਆ, ਖੱਟਾ ਮਿੱਠਾ ਤੇ ਰੰਗ ਤੁਸੀਂ ਦੇਖ ਹੀ ਲਿਆ, ਮਤਲਬ ਮੈਂ ਤਾਂ ਪਹਿਲੀ ਵਾਰੀ ਪੀਣ ਲੱਗਾ ਵਾ, ਇਹਨਾਂ ਨੇ ਮੈਨੂੰ ਪਿਆਦਾ ਨਹੀਂ ਤਾਂ ਬਾਈ ਜ਼ਿੰਦਗੀ 'ਚ ਮੈਂ ਜੂਸ ਹੀ ਨਹੀਂ ਪੀਤਾ ਸੀ। ਤੇ ਹੁਣ ਬਾਈ ਇੱਕ ਬਹੁਤ ਤਕੜਾ ਚੈਲੰਜ ਆ ਤੁਹਾਨੂੰ, ਮੈਨੂੰ ਫੋਨ ਦਵਾਓ 20000 ਰੁਪਏ ਦਾ। ਅੱਛਾ ਜੂਸ ਪਲਾਤਾ ਕਿਹੜੇ ਮੂੰਹ ਨਾਲ ਬਾਈ? ਹੁਣ ਗੁਪਤ ਨੂੰ ਕਹਿ ਦਿੰਦਾ ਕੇਲੇ ਗੁੱਲੇ ਲੈਣੇ ਆ ਤਾਂ ਸੰਤਰਾ ਸੰਤਰਾ ਵੇ। ਦੇਖੋ ਯੈਸ ਚੈਲੰਜ ਤਾਂ ਫਿਰ ਉਹੀ ਹੁੰਦਾ ਨਾ ਵੀ ਦੇਖਾ ਹੁੰਦਾ। ਕਿਹੜਾ ਲੈਣਾ ਤੂੰ ਆਈਫੋਨ ਕਿੰਨਾ? ਹੁਣ ਮੈਕਬੁੱਕ ਮੰਗੂਗਾ, ਉਹ ਅੱਡ ਧੋਣੇ ਆ ਉਹ ਮੈਕਬੁੱਕ ਹੋਊਗੀ। ਸਾਨੂੰ ਕਹਿਣਾ ਵੀ ਨਹੀਂ ਆਉਂਦਾ, ਸਾਨੂੰ ਕਹਿਣਾ ਵੀ ਨਹੀਂ ਆਉਂਦਾ, ਤੂੰ ਮੰਗ ਨਾ ਲਈ ਮੰਗੂਗਾ ਬਾਈ ਇਹ ਜਿੰਨਾ ਤੋਂ ਮੰਗਦਾ ਉਹਨਾਂ ਦਾ ਕਹਿਣਾ ਨਹੀਂ ਆਉਂਦਾ। ਮਾਈਕਬੁੱਕ ਤੂੰ ਸਾਥ ਤੋਂ ਫੋਨ ਭਾਲਦਾ ਬਾਈ, ਮਜ਼ਾਕ ਵਾਲੀ ਗੱਲ ਨਹੀਂ, ਮੈਨੂੰ ਉਦੋਂ ਵੀ ਫੋਨ ਚਾਹੀਦਾ ਸੀਗਾ। ਜੇ ਤੁਸੀਂ ਬਾਈ ਦਵਾਓਗੇ ਤਾਂ ਵੀ ਚੈਨੇ ਤਾਂ ਇਹੀ ਹੁੰਦਾ ਵੀ ਤੁਸੀਂ ਨਾ ਤੁਸੀਂ ਕਰ ਨਹੀਂ ਸਕਦੇਗੇ। ਫਿਰ ਮੈਂ ਤੁਹਾਨੂੰ ਇਹ ਆਫਰ ਦੇ ਦਿੰਦਾ ਵਾ, ਮੇਰੇ ਕੋਲ ਹਜੇ ਪੈਸੇ ਹੈ ਨਹੀਂਗੇ, ਮੈਨੂੰ ਤਾਂ ਬਾਅਦ ਮੈਂ ਤੁਹਾਨੂੰ ਕਿਸ਼ਤਾਂ ਤੇ ਦੇ ਦੂੰਗਾ ਵੀਰੇ, ਇਹੀ ਹੋ ਸਕਦਾ। ਲੈਣਾ ਕਿਹੜਾ ਐਂਡਰੋਇਡ ਕਿ ਆਈਫੋਨ? ਐਂਡਰੋਇਡ ਵੀਰੇ ਨਹੀਂ ਬਾਈ, ਜੇ ਚੈਲੰਜ ਕੀਤਾ ਯਾ ਸਸਤਾ ਹੀ ਆ ਜਲਸਾ ਸਾਡੇ ਭਈ ਨੂੰ ਲੈ ਕੇ ਦਿੱਤਾ 800 ਦਾ, ਬੜਾ ਘੈਂਟਾ ਵੀਰੇ। 800 ਦਾ ਕਿਹੜਾ ਕੰਪਨੀ ਕਿਹੜੀ ਆ? ਦਵਾ ਦੇ ਫਿਰ ਤਾਂ ਇਹਨੂੰ ਵੀ ਦਵਾ। 700 ਦਾ ਯਾਰ, ਹੋਰ ਹੀ ਬਟਨਾ ਵਾਲਾ, ਬੜਾ ਘੈਂਟਾ। ਹੁਣ ਆਪਾਂ ਗੱਲ ਕਰ ਲੈਨੇ ਕਿਵੇਂ ਆਪਾਂ 1 ਰੁਪਏ ਦੇ ਵਿੱਚ ਯਾਰ ਆਈਫੋਨ 15 ਜਿੱਤ ਸਕਦੇ ਆ। ਸਟੇਟ ਆ ਥੋੜਾ ਕ੍ਰਿਕਟ ਦਾ ਕਰੇਜ਼, 22 ਮਾਰਚ ਨੂੰ ਸ਼ੁਰੂ ਹੋਣ ਜਾ ਰਿਹਾ ਇੰਡੀਆ ਦਾ ਸਭ ਤੋਂ ਵੱਡਾ ਫੈਸਟੀਵਲ IPL, ਜਿੰਦਾ ਪਹਿਲਾ ਮੈਚ ਬੈਂਗਲੌਰ ਤੋਂ ਚੇਨਈ ਦੇ ਵਿੱਚ। ਮੈਚ ਤੋਂ ਪਹਿਲਾਂ ਡਿਸਕ੍ਰਿਪਸ਼ਨ ਬਾਕਸ ਦੇ ਉੱਤੇ ਦਿੱਤੇ ਗਏ ਲਿੰਕ ਤੋਂ ਜਾ ਕੇ ਡਾਊਨਲੋਡ ਕਰੋ ਮਾਈ 11 ਸਰਕਲ ਐਪ ਤੇ ਆਪਣੀ ਟੀਮ ਬਣਾਓ ਯਾਰ। ਮਾਈ 11 ਸਰਕਲ IPL ਦਾ ਸਪਾਂਸਰ ਵੀ ਹੈ। ਟੀਮ ਬਣਾਉਣੀ ਤੁਸੀਂ ਯਾਰ, ਦੋਵੇਂ ਟੀਮਾਂ ਵਿੱਚੋਂ ਆਪਣੇ 11 ਬੈਸਟ ਪਲੇਅਰ ਯਾਰ ਚੂਜ਼ ਕਰਨੇ ਆ, ਤੇ ਉਹਨਾਂ ਦੇ ਐਕਚੁਅਲ ਪਰਫਾਰਮੈਂਸ ਦੇ ਬੇਸ ਤੇ ਤੁਹਾਨੂੰ ਮਿਲ ਜਾਣਗੇ ਪੁਆਇੰਟਸ। ਤੁਹਾਡੇ ਜਿੰਨੇ ਜ਼ਿਆਦਾ ਪੁਆਇੰਟਸ ਹੋਣਗੇ ਉਨੇ ਵੱਡੇ ਪ੍ਰਾਈਜ਼ ਤੁਹਾਨੂੰ ਮਿਲਣਗੇ। ਜੇ ਤੁਸੀਂ ਹਜੇ ਵੀ ਕਨਫਿਊਜ਼ ਹੋ ਤਾਂ ਯਾਰ ਐਪ ਵਿੱਚ ਜਾ ਕੇ ਐਕਸਪਰਟ ਟੀਮ ਦੇ ਸੈਕਸ਼ਨ ਵਿੱਚ ਜਾ ਕੇ ਟੀਮ ਨੂੰ ਕਾਪੀ ਕਰ ਲਓ। ਡਾਊਨਲੋਡ ਕਰਕੇ ਗਿਵ ਅਵੇ ਕੰਟੈਸਟ ਜੁਆਇਨ ਕਰੋ ਤੇ ਜਿੱਤੋ ਆਈਫੋਨ 15। ਇੱਕ ਕੰਟੈਸਟ ਦੀ ਐਂਟਰੀ ਵੀ ਸਿਰਫ 1 ਰੁਪਿਆ ਤੇ ਆਉਣ ਵਾਲੇ 22 ਮਾਰਚ ਵਾਲੇ ਮੈਚ ਲਈ ਹੀ ਇਹ ਵੈਲਿਡ ਆ, ਤੇ ਸਿਰਫ ਮੇਰੇ ਸਬਸਕ੍ਰਾਈਬਰ ਲਈ ਤੇ ਮੇਰੇ ਦਿੱਤੇ ਗਏ ਲਿੰਕ ਨਾਲ ਹੀ ਐਕਟੀਵੇਟ ਹੋਊਗਾ। IPL ਦੇ ਹਰ ਮੈਚ ਵਿੱਚ ਯਾਰ ਮੈਗਾ ਕੰਟੈਸਟ ਨੂੰ ਜੁਆਇਨ ਕਰੋ। ਇਹਦੇ ਵਿੱਚ ਫਸਟ ਪ੍ਰਾਈਜ਼ 1 ਕਰੋੜ ਰੁਪਏ ਦਾ ਮਿਨੀਮਮ ਆ, ਤੁਸੀਂ ਹੋਰ ਸੋਚੋ ਵੀ ਹੋਰ ਕਿੰਨੇ ਕਿੰਨੇ ਪ੍ਰਾਈਜ਼ ਹੋਣਗੇ। ਸਿਰਫ ਇੰਨਾ ਹੀ ਨਹੀਂ ਯਾਰ, ਪਹਿਲੇ 5 ਮੈਚਾਂ ਵਿੱਚ ਟੌਪ 10 ਪਲੇਅਰਸ ਨੂੰ ਮਿਲੂਗੀ ਮਹਿੰਦਰਾ ਥਾਰ, ਉਹ ਵੀ ਹਰ ਦਿਨ। ਤੇ ਕਿਸੇ ਨੂੰ ਬੋਲੋ ਲਿੰਕ ਦਿੱਤਾ ਹੋਇਆ ਹੁਣੇ ਜਾ ਕੇ ਡਾਊਨਲੋਡ ਕਰੋ, ਮੇਰਾ ਪ੍ਰੋਮੋ ਕੋਡ ਯੂਜ਼ ਕਰੋ MECNEW। ਹੁਣ ਡਿਪੋਜ਼ਿਟ ਕਰਦੇ ਹੀ ਮਿਲ ਜੂਗਾ 20% ਐਕਸਟਰਾ ਕੈਸ਼।
ਹੈਂ ਕੀ ਫੋਨ ਲੈਣਾ ਕਿਹੜਾ ਵਾ ਤੂੰ 20000 ਵਾਲਾ ਵੀਰੇ 20000 ਵਾਲਾ ਕਿਹੜਾ ਆਈਫੋਨ ਹੈ 20000 ਵਾਲਾ ਗਿਆ ਤੈਨੂੰ ਇਹ ਤਾਂ ਹੈਗਾ ਤਾਂ ਹੈ ਉਹ ਭਰਾਵਾ ਐਂਡਰੋਇਡ ਚਾਹੀਦਾ ਵਾ ਐਂਡਰੋਇਡ ਕੀ ਕਰਨਾ ਯਾਰ ਤੁਹਾਨੂੰ ਮੈਂ ਕਿਉਂ ਦੱਸਾਂ ਮੈਂ ਕੀ ਕਰਨਾ ਕੀ ਲੈ ਬੰਦਾ ਆਈਫੋਨ ਤੋਂ ਐਂਡਰੋਇਡ ਚਲਾ ਹੀ ਨਹੀਂ ਸਕਦਾ ਯਾਰ ਮੈਂ ਚਲਾਉਂਗਾ ਇਹਦਾ ਪੈਸੇ ਦੇਖੋਗੇ ਨਾਲੇ ਹਾਂ ਪੈਸੇ ਖਰਾਬ ਕਰਨ ਵਾਲੀ ਗੱਲ ਆ ਯਾਰ ਫਿਰ ਤੁਸੀਂ ਮੈਂ ਕੀਤਾ ਕਾਹਤੋਂ ਫਿਰ ਪਹਿਲਾਂ ਦੱਸ ਦਿੰਦੇ ਇਹਨੂੰ ਬੱਸ ਦੀ ਟਿਕਟ ਦਿਵਾਓ ਯਾਰ ਨਹੀਂ ਜੇ ਤੇਰੇ ਕੰਮ ਦਾ ਹੈਗਾ ਫਿਰ ਤੁਹਾਨੂੰ ਦੱਸ ਕੰਮ ਦਾ ਵਾ ਕੀ ਕੰਮ ਆ ਖੋਪਾ ਦਾ ਮਾਂ ਸੰਤਰੇ ਨਾਲ ਦਵਾ ਫੋਨ ਉਹ ਦੂਜਾ ਦਵਾ ਦੇ ਇਹਨੂੰ ਜਿਹਦੀ ਕਹਿੰਦੇ ਚੱਲ ਛਈਆਂ 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 ਪੈਸੇ ਪਾਉਂਗੇ ਬਾਈ ਪੈਸੇ ਪਾਉਂਗੇ ਵਿੱਚ ਚਲੋ ਖੁਸ਼ੀ ਦੇ ਲਈ ਜਾਨ ਵੀ ਹਾਜ਼ਰ ਹੈ ਤਾਂ ਫਿਰ ਵੀ ਇਹਨੇ ਹੁਣ ਆਪਾਂ ਚੁੱਕਿਆ ਮੌਲ ਦੇ ਵਿੱਚ ਕਿਉਂਕਿ ਯਾਰ ਹੁਣ ਤੁਸੀਂ ਦੇਖ ਲਓ ਦਿਖਾ ਦੇ ਪਿੱਛੇ ਹੁਣ ਗੱਲਬਾਤ ਜ਼ਿਆਦਾ ਘੈਂਟ ਬਾਨੀ ਆ ਹੁਣ ਖਰਚਾ ਵੀ ਤਕੜਾ ਹੋਊਗਾ ਤੇ ਇੱਥੇ ਆ ਕੇ ਆਪਾਂ ਸਾਰੀਆਂ ਜਿਹੜੀਆਂ ਆਪਣੀਆਂ ਕੀੜੀਆਂ ਨੇ ਉਹ ਸ਼ੁਭਕਾਮਨਾ ਥੋੜੀ ਬਾਈ ਕਿੰਦੋਂ ਪੁੱਛ ਕੇ ਆਇਆ ਯਾਰ ਕੀ ਹੁੰਦਾ ਆਪਣਾ ਉਹ ਇਸ਼ਾਵਾ ਉਹ ਪੂਰੀਆਂ ਕਰ ਦਈਏ ਸਾਨੂੰ ਪੁੱਛ ਤਾਂ ਲੈਂਦਾ ਬਾਈ ਪਹਿਲਾਂ ਇੱਥੇ ਆਉਣਾ ਕਿ ਨਹੀਂ ਵੀਰੇ ਵੀਰਾ ਲੈ ਕੇ ਆਇਆ ਮੇਰਾ ਵੱਡਾ ਵੀਰਾ ਉਹ ਤਾਂ ਕੋਈ ਨਹੀਂ ਲੈ ਕੇ ਆਇਆ ਵੀਰੇ ਵਿੱਚ ਇੱਕ ਵਾਰ ਨਹੀਂ ਸਭ ਤੋਂ ਪਹਿਲਾਂ ਪਰਚੀ ਕਟਾਓ ਬਾਈ ਪਹਿਲਾਂ ਆ ਮੇਰੇ ਭਰਾ ਸੋਹਣੇ ਸੋਹਣੇ ਚੱਲੇ ਆ ਮੈਨੂੰ ਕਹਿੰਦੇ ਨਹੀਂ ਜਮਾਂ ਮਹਿੰਗੀ ਨਹੀਂ ਬਾ ਫੋਨ ਹੀ ਆ ਇੱਕ ਰਫਤਾਰ ਕੋਲੇ ਆ ਹਨਾ ਸਾਰਾ ਕੋਈ ਬਾਕੀ ਤਾਂ ਹਨਾ ਆਉਂਦਾ ਪਿਆ ਉਹ ਚੱਲ ਕੋਈ ਚੱਕਰ ਨਹੀਂ ਸਲੈਕਟ ਕਰਦੇ ਫਿਰ ਆਜੂਗਾ ਪੇਮੈਂਟ ਕਰਨਾ ਠੀਕ ਆ ਕੈਰੀ ਵੀਰੇ ਯੈਸ ਚੱਲ ਜਾ ਬਾਈ ਉਹ ਗੱਡੀ ਲੈ ਕੇ ਦੇ ਜਮੀਰ ਤਾਂ ਪਹਿਲਾਂ ਹੀ ਵਿਕੀ ਪਈ ਆ ਚੱਲ ਬਈ ਉਹ ਬਾਹਰ ਨੀ ਮੰਗਦਾ ਆਹ ਕੇਕ ਲੈ ਦੇ ਆ ਹਾਲ ਜ਼ਿੰਦਗੀ ਇਹਦੇ ਘਰਦਿਆਂ ਨੇ ਜਨਮ ਦਿਨ ਤੇ ਨੀ ਲੈ ਕੇ ਦਿੱਤਾ ਚਲੋ ਯਾਰ ਦੇਖਦੇ ਆ ਕੈਰੀ ਵੀਰੇ ਪਿੰਚ ਬੈਠ ਵੀਰੇ ਹਾਂ ਹਾਂ ਵੀਰੇ ਬਾਈ ਯਾਰ ਤੁਸੀਂ ਨਾ ਕਰ ਨਹੀਂ ਸਕਦੇ ਨਹੀਂ ਟੁੱਟ ਗਈ ਤਾਂ ਪੈਸੇ ਮੈਂ ਭਰੂੰਗਾ ਇਹਦੇ ਲਾ ਤੱਕ ਵੀਰੇ ਨੂੰ ਝੂਟੇ ਦੇ ਇਹਨੂੰ ਇਹਨੂੰ ਅੰਦਰ ਲੈ ਕੇ ਜਾ ਏਦਾਂ ਹੀ 30 ਰੁਪਈਏ ਮਸਾਂ ਵਟੀਨੇ ਇਹਦੇ ਇਹ ਨਹੀਂ ਕਹਿੰਦਾ ਬਈ ਆਹ ਤਾਂ ਯੈਸ ਕਰ ਰਹੇ ਆ ਇਹ ਨਹੀਂ ਕਹਿੰਦਾ ਬਈ ਯੈਸ ਤਾਂ ਕੀਤੀ ਮੁੰਡਿਆਂ ਨੇ ਹਨਾ ਚਲੋ ਬਾਦ ਹੁਣ ਇੱਧਰ ਭਾਈ ਯੈਸ ਕਰਿਓ ਉਸ ਲਈ ਠੀਕ ਆ ਪਹਿਲਾਂ ਆਪਾਂ ਫੋਨ ਸੈੱਟ ਕਰ ਲੈਂਦੇ ਹਾਂ ਬਹੁਤ ਡਰ ਨਾ ਰਹੇ ਕੋ ਲਓ ਮੇਰੇ ਵੀਰੇ ਉਹ ਫੋਨ ਆ ਚੁੱਕੇ ਨੇ ਇੱਥੇ ਓਏ ਆਹ ਲੈ ਦੇ ਬਾਹਲਾ ਨਹੀਂ ਮੰਗਦਾ ਮੈਨੂੰ ਆਹਲਾ ਫੋਨ ਲੈ ਦੇ ਹਾਂ ਆਹ ਲੈ ਦੇ ਫੋਲਡ ਠੀਕ ਆ ਉਧਰਲੇ ਪਾਸੇ ਬੜਾ ਘੈਂਟ ਫੋਨ ਆ ਇੱਕ ਬਈ ਜੀ ਆਹ ਵਾਲਾ ਫੋਨ ਮੈਂ ਲੈਣਾ ਵਾ ਲੈ ਦਿਓ ਮੈਨੂੰ ਇਹ ਵਾਲਾ ਲੱਖ ਰੁਪਏ ਦਾ ਸਾਰਾ ਯਾਰ ਤਰਸ ਕਰ ਯਾਰ ਮਾੜਾ ਜਿਹਾ ਯਾਰ ਕਿਤੇ ਇਹਦਾ ਫੋਨ ਕਿੱਥੇ ਗੂਗਲ ਪੇ ਕਰਨੇ ਲੈ ਦੇ ਮਜ਼ਾਕ ਨਹੀਂ ਪਤਾ ਕੀ ਇਹਨਾਂ ਨੇ ਤਾਂ ਬਈ ਮੈਨੂੰ ਨਾ ਜਿਵੇਂ ਨਿਕਲ ਕੇ ਜਿਹਦਾ ਦਵਾ ਸਕਦੇ ਆ ਜਿਵੇਂ ਕਿ ਖਾਣ ਪੀਣ ਨੂੰ ਕਹੋਗੇ ਇੱਦਾਂ ਦਾ ਕੁਛ ਪੈਸੇ ਸਾਰੇ ਰਫਤਾਰ ਕੋਲ ਉਹਨੂੰ ਲੈ ਕੇ ਆਉਂਦੇ ਆ
ਇਹਨਾਂ ਹੋਲਡ ਕਰਦੀ ਭਰਾਵਾ ਚਪੇੜਾ ਖਾਏਗਾ ਇਹਨਾਂ ਨੂੰ ਆ ਲੈਣਾ ਮੈਂ ਹਾਂ ਇਹੀ ਜਿਹੜਾ ਦਵਾ ਦੇ ਉਹ ਮੈਨੂੰ ਮੈਂ ਖੁਸ਼ ਹਾਂ ਇਸ ਤੋਂ ਬਾਅਦ ਤੇਰੇ ਪਾ ਲੈਣਾ ਜੇਬ 'ਚ ਕੁਛ ਉਹ ਭਰਾ ਆ ਦੇਖ ਲਾ ਕੀ ਕਰੀ ਜਾਂਦਾ ਚੋਰ ਅੱਗੇ ਆ ਫੋਨ ਚੋਰ ਚੱਲ ਫਿਰ ਓਏ ਉਧਰ ਦੇਖ ਕੇ ਆਉਂਦੇ ਆ ਜੋ ਮੇਰਾ ਦਿਲ ਇਹਨਾਂ ਤੋਂ ਆਹ ਮੰਗਾਂ ਪਰ ਮੰਗ ਨੀ ਸਕਦਾ ਕਾਤ ਇਹਨਾਂ ਦੀ ਥੋੜੀ ਛੋਟੀ ਹੋਈ ਆ ਮੇਰੇ ਵਰਗੀ ਆ ਤਾਂ ਕਿ ਰਿਚ ਬੰਦੇ ਨਾਲ ਕਰਾਂਗੇ ਵਾਲਾ ਚੈਲੰਜ ਯਾਰ ਮੈਂ ਹੁਣੇ ਹੁਣੇ ਦੇਖਿਆ ਮੈਂ ਇੱਧਰ ਉੱਧਰ ਦੇਖ ਰਿਹਾ ਵਾਂ ਤੇ ਕਿਤੇ ਹੈ ਹੀ ਨਹੀਂ ਗੇ ਯਾਰ ਭੱਜ ਗਏ ਲੱਗਦਾ ਕਿਤੇ ਉਹ ਯਾਰ ਉਹਨੇ ਆਪਣਾ ਲੱਭ ਲੈਣਾ ਇੱਥੇ ਬੁੜੀ ਵਾਲੇ ਨਹੀਂ ਬਾਈ ਆਪਾਂ ਪਤਾ ਕੀਤਾ ਉਹ ਨਾ ਆਪਦੇ ਫੋਨ ਫਾਨ ਦੇਖਣ ਲੱਗ ਗਿਆ ਬਾਲੇ ਮਹਿੰਗੇ ਯਾਰ ਸਾਡੇ ਤੋਂ ਇੰਨੇ ਪੈਸੇ ਨਹੀਂ ਲੱਗਣੇ ਅਸੀਂ ਇੱਧਰ ਆ ਗਏ ਭੱਜ ਕੇ ਅਸੀਂ ਤਾਂ ਭਰਾਵਾ ਲੋਕ ਹੁਣ ਥੱਲੇ ਚੱਲੇ ਹਾਂ ਗੱਡੀ ਦੇ ਵਿੱਚ ਭਰਾਵਾ ਇੰਨੇ ਇੰਨੇ ਮਹਿੰਗੇ ਫੋਨ ਅਸੀਂ ਕਿੱਥੋਂ ਲਿਆ ਦੀ ਯਾਰ ਭੱਜਿਆ ਯਾਰ ਅਸੀਂ ਤਾਂ ਉਹਨੂੰ ਚਖਮਾ ਜਿਹਾ ਦੇ ਕੇ ਉਹਦਾ ਆਪਦੇ ਫੋਨ ਪਸੰਦ ਕਰੀ ਜਾਂਦਾ ਉੱਥੇ ਕਾਰਡ ਸਾਡੇ ਕੋਲੇ ਆ ਹੈ ਹੁਣ ਮੈਂ ਲੱਭਣ ਆਇਆ ਉਹਨਾਂ ਨੇ ਮੈਨੂੰ ਲੱਭ ਨਹੀਂ ਰਹੇ ਗੇ ਪੈਸੇ ਦੇ ਨਾਲ ਦੇ ਭੱਜ ਗਏ ਮਾਡਲ ਮੈਂ ਸਿਲੈਕਟ ਕਰ ਲਿਆ ਫੋਨ ਤਾਂ ਉਹ ਆਪ ਭੱਜ ਗਏ ਯਾਰ ਕਿਤੇ ਕਿਤੇ ਕਮੀਨੇ ਵੀ ਮੈਨੂੰ ਓਦਾਂ ਦੱਸ ਦਿਓ ਨਾ ਵੀ ਮੈਂ ਨਹੀਂ ਲੈ ਕੇ ਦੇਣਾ ਹੈਗਾ ਹੁਣ ਆਪਾਂ ਦੇਖਦੇ ਹਾਂ ਬਾਈ ਇੱਥੇ ਕਿਤੇ ਹੋਣਾ ਵਾ ਇੱਥੋਂ ਲੋਕ ਕੇ ਇੱਧਰ ਡਰ ਗਿਆ ਬਾਈ ਵਾਪਸ ਚੱਲਦੇ ਉਹਨੂੰ ਦੇਖਣ ਓਏ ਭੱਜ ਭੱਜ ਚਲੋ ਬਾਈ ਪਿੱਛੇ ਹੀ ਆ ਗਿਆ ਉਹ ਤੈਨੂੰ ਦੇਖ ਲੈਣਾ ਉਹਨੇ ਇੱਧਰ ਆ ਜਾ ਹੁਣ ਬਾਈ ਅਸੀਂ ਨਾ ਇੱਧਰ ਆ ਗਏ ਸੀਗੇ ਖਾਣ ਪੀਣ ਵਾਲੀ ਥਾਂ ਤੇ ਉਧਰਲੇ ਪਾਸੇ ਹੀ ਆ ਜਿਹੜੇ ਫੋਨ ਫਾਨ ਉਧਰ ਹੀ ਦੇਖੀ ਜਾਂਦਾ ਪਸੰਦ ਕਰੀ ਜਾਂਦਾ ਵਾਹ ਉਹਨੂੰ ਦੇਖਣਾ ਜਾਈਏ ਆਪਾਂ ਭਰਾਵਾ ਪਰਫਿਊਮ ਕਿੱਥੇ ਆਇਆ ਮੇਰਾ ਜਾਲ ਤੇ ਫਸ ਜਾਾਂਗੇ ਹੈ ਪਰਫਿਊਮ ਮੁਸਕਾਰੀ ਤੇਰੇ ਚ ਨਾ ਨਾ ਫ੍ਰੀ ਦਾ ਲਈਏ ਬਾਈ ਪੈਸੇ ਜਾਣੇ ਆ ਆਪਣੇ ਕੋਈ ਮਾੜਾ ਮੋਟਾ ਧਿਆਨ ਰੱਖ ਇੱਧਰ ਕਿੱਧਰ ਜਾਈ ਜਾਂਦਾ ਕੁੜੀਆਂ ਵਾਲੇ ਕੱਪੜਿਆਂ 'ਚ ਲੈ ਨਹੀਂ ਆਇਆ ਯਾਰ ਆਹੀ ਲੈ ਕੇ ਆਇਆ ਭਰਾਵਾ ਇੱਧਰ ਦੇਖੋ ਬਾਈ ਉੱਧਰ ਉਹ ਫੋਨ ਪਸੰਦ ਕਰੀ ਜਾਂਦਾ ਉਹਨੂੰ ਉਹ ਸਾਨੂੰ ਲੱਭਦਾ ਹੋਣਾ ਇੱਧਰ ਦੇਖੋ ਪਰਫਿਊਮ ਟੈਸਟ ਕਰੀ ਜਾਂਦਾ ਇੱਧਰ ਉਹ ਫੋਨ ਆਈ ਜਾਂਦਾ ਅਰਸ਼ ਦਾ ਓਏ ਪੈਸੇ ਦੇ ਨਾਲ ਨਾ ਭੱਜ ਗਏ ਉਹ ਟੱਪਰ ਮੈਨੂੰ ਪਤਾ ਕਿੱਥੇ ਬੈਠੇ ਆ ਬੈਠੇ ਸਾਲਿਓ ਮੇਰਿਓ ਹੈਂ ਕਿਵੇਂ ਪਈ ਆਰਾਮ ਨਾਲ ਇੱਥੇ ਓਏ ਤੂੰ ਜਾਇਆ ਕੱਲਾ ਕਰ ਆ ਵੀ ਕਹੋਂ ਤਾਂ ਕੇ ਬੈਠਾ ਹੋਇਆ ਲੱਗਦਾ ਮੈਨੂੰ ਸਾਨੂੰ ਪਤਾ ਸੀਗਾ ਭਰਾਵਾ ਇਹਨਾਂ ਨੇ ਫੋਨ ਲੈ ਲੈਣਾ ਆਇਆ ਤੂੰ ਕੱਲਾ ਹੀ ਆਇਆ ਅਸੀਂ ਚਾਬੀ ਵੀ ਉਦੋਂ ਰੱਖ ਲਈ ਸੀ ਇੱਥੇ ਤੇਰਾ ਕਾਰਡ ਵੀ ਰੱਖ ਲਿਆ ਸੀਗਾ ਉਹ ਭਰਾ ਬਣ ਕੇ ਆ ਜਾਓ ਯਾਰ ਐਂ ਨਾ ਕਰੋ ਉੱਥੇ ਮੈਂ ਭਰਾਵਾ ਹਰੇ ਕੋ ਬਿੱਲ ਬੁੱਲ ਕਟਾਉਣ ਨੂੰ ਫਰਦੇ ਤੂੰ ਇੱਧਰ ਨੂੰ ਆ ਗਏ ਕੈਰੀ ਦਾ ਸਰੀਰ ਟੁੱਟਿਆ ਪਿਆ ਸਮਝਿਆ ਕਰ ਉਹ ਤਾਂ ਕਿਵੇਂ ਟੁੱਟ ਗਿਆ ਮੈਂ ਵੀਰੇ ਮਰਨ ਦੇ ਕਿਨਾਰੇ ਆ ਯਾਰ ਸੌਣ ਲੱਗੇ ਮੈਂ ਪਹਿਲਾਂ ਤਾਂ ਬਾਗੀਆਂ ਪਉਂ ਤਾਂ ਓਏ ਆ ਜਾ ਭਰਾ ਬਣ ਕੇ ਸਮਝ ਮੇਰੀ ਗੱਲ ਮੈਂ ਯਾਰ ਫੋਨ ਲੈਣਾ ਵਾ ਹੋਰ ਕੋਈ ਗੱਲ ਨਹੀਂ ਆ ਜਾਓ ਯਾਰ ਆ ਜਾਓ ਆ ਜਾ ਇੱਧਰ ਕਿੱਡੇ ਹਰਾਮੀ ਆ ਓਏ ਕਿਵੇਂ ਰਹਿ ਨਾ ਪਏ ਇੱਥੇ ਦੇਖ ਲੈ ਕੈਰੀ ਅੱਧ ਮਰੇ ਜੇ ਹੋ ਗਏ ਕੈਰੀ ਮੈਂ ਕਿਹੜਾ ਰੋ ਜਾ 10 ਮਿੰਟ ਪਏ ਜਾ ਓਏ ਆ ਜਾ ਨਹੀਂ 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 ਵੀਰੇ ਨਹੀਂ ਨਹੀਂ ਵੀਰੇ ਆ ਜਾ ਯਾਰ ਯਾਰ ਵੀਰੇ ਇਹ ਚੈਲੰਜ ਕਾ ਤੂੰ ਯਾਰ ਨਾ ਹੀ ਕਰ ਦੋ ਫਿਰ ਯਾਰ ਡਾਇਰੈਕਟ ਹੁਣ ਮੈਂ ਕਹਿੰਦਾ ਉਹਨੂੰ ਨੀਂਦ ਆਉਂਦੀ ਤੂੰ ਜੈਸ ਕਰ ਦੇਖ ਮੈਂ ਕਿਉਂ ਕਰਾਂ ਤੇਰਾ ਹੱਕ ਆ ਉਹ ਥੋੜਾ ਪਰ ਤੁਸੀਂ ਯੈਸ ਕਰਨੀ ਆ ਮੈਨੂੰ ਮੰਟੀ ਹੁੰਦੀ ਆ ਇਹ ਤੇਰੇ ਤੁਸੀਂ ਯੈਸ ਕਰਨੀ ਆ ਚਲ ਆ ਜਾ ਯਾਰ ਆਓ ਆ ਜਾ ਹਰਸ ਕਿਲਾ ਸੌ ਜਾ ਕਈ ਵੜਾ ਮੈਂ ਕਿਹਾ ਆ ਜਾ ਤੇਰੀ ਆ ਜਾ ਫੋਨ ਤਾਂ ਕਰ ਪੈਸੇ ਦੇ ਕੇ ਆਓ ਉਹਦੇ ਚਲਾ ਚੱਲੀਏ ਯਾਰ ਆ ਜਾ
ਆ ਸਾਲਿਓ ਆਹ ਦੇਖ ਲਓ ਹੁਣ ਆ ਚੁੱਕਿਆ ਮੂੰਹ ਚੱਕ ਕੇ। ਚਲੋ ਹੁਣ ਬਿੱਲ ਕਰਾਓ, ਉੱਤੋਂ ਪੈਸੇ ਤਾਂ ਲੈ ਆਏ ਹੋ ਨਾ, ਕੈਸ਼ ਤਾਂ ਬਾ ਠੀਕ ਆ, ਚਲੋ ਕਰਾਓ ਬਿੱਲ। ਉਹ ਮਸਾਂ ਕੋਈ ਚੇਂਜ ਕਰਨਾ ਹੁੰਦਾ ਉਹ 'ਚ ਵੀ ਇੰਨਾ ਕੁ ਦਿਖਾਉਂਦੇ ਆ। ਉਹ ਕਾਰਡ ਠੀਕ ਆ, ਕਾਰਡ ਚਲਾ ਲਾ, ਬਿਸਕੁਟ ਕਹਿੰਦਾ ਲੈ ਲਾ। ਲਓ ਜੀ ਹੋਰ ਬਾਈ ਬਿੱਲ ਚੁੱਕਿਆ ਫਾਈਨਲੀ, ਦਵਾ ਤਾਵੇ ਯਕੀਨ ਹੈ ਨਹੀਂ ਸੀਗਾ, ਪੈਸੇ ਬਹੁਤ ਲਵਾ ਦੇ ਯਾਰ, ਚੈੱਕ ਕਰ ਲਾ ਫਰੀ ਚੈੱਕ ਕਰਕੇ ਹੀ ਲਿਆ ਇਹਨੇ ਨਹੀਂ ਦਵਾਇਆ, ਕਿਉਂਕਿ ਰਫਤਾਰ ਨੇ ਕਿਹਾ ਸੀਗਾ ਉਹ ਵੀ ਜਦੋਂ ਆਪਾਂ ਨਾ ਪੈਸੇ ਬਾਅਦ ਦੇਖਾਂਗੇ ਜੇ ਮੋੜਦੇ ਹੋਏ ਤਾਂ ਮੋੜ ਦਾਂਗੇ ਜੇ ਪੈਸੇ ਆ ਗਏ ਮੇਰੇ ਕੋਲ। ਨਹੀਂ ਬਾਈ ਇਹ ਸਾਰਾ ਚੈਲੰਜ ਹੈ, ਤੂੰ ਹੀ ਰੱਖੇਗਾ ਬੈਟਰੀ ਲਾਉਣ ਵਾਲਾ, ਤੁਹਾਨੂੰ ਟਿਕਟ ਲਾ ਲਈਏ ਘੈਂਟ ਲਾ ਦੇ ਹੁਣ ਤਾਂ ਆਪਣਾ ਹੀ ਆ ਚੱਕ ਬਾਈ। ਵੈਸੇ ਐਂਡਰੋਇਡ ਫੋਨ ਕੀ ਕਰਨਾ ਸੀ ਯਾਰ ਤੂੰ, ਤੇਰੇ ਕੋਲ ਆਈਫੋਨ ਹੈਗਾ, ਸਟਿੱਕਰ ਲਾ ਤਾ ਉਹਦੇ, ਚੱਲ ਪਿਆ ਸੈਟਿੰਗ ਕਰਕੇ ਮਿਲਦਾ। ਫੋਨ ਤਾਂ ਬਾਈ ਦਵਾ ਤਾ ਮੈਨੂੰ ਇਹਨਾਂ ਨੇ, ਬਹੁਤ ਔਖਾ ਹੋ ਕੇ ਦਵਾਇਆ, ਪਰ ਖਾਣ ਪੀਣ ਵੀ ਨਹੀਂ ਯਾਰ ਨਾ ਕੀਤੀ, ਚਲੋ ਇਹ ਤਾਂ ਅਫੋਰਡ ਕਰ ਸਕਦੇ ਸੀਗੇ ਇਹ ਹਨਾ, ਜੀ ਸੌਸ ਨਹੀਂ ਸਕਦੀ ਨਹੀਂ ਸਾਰਿਆਂ ਨੇ ਸੌਸ ਸਭੇ ਨਾਲ ਸੌਸ ਖਾਣ ਵਾਲੇ ਆ ਉੱਪਰ, ਚੱਲ ਓ ਇੱਥੋਂ ਭੁੱਖ ਤਾਂ ਬਹੁਤ ਲੱਗੀ ਹੋਈ ਆ ਅਸੀਂ ਤਾਂ, ਹੋਰ ਬਹੁਤ ਚੀਜ਼ਾਂ ਕਰ ਰਹੇ ਹਾਂ, ਦੇਖੀ ਚੱਲੋ ਪੂਰਾ ਬਲੌਗ ਨੂੰ ਠੀਕ ਆ ਬਾਈ। ਦੇਖੋ ਮਾੜੀ ਮੋਟੀ ਚੀਜ਼ ਤਾਂ ਖਾਂਦੇ ਹੀ ਨਹੀਂ ਆ, 250 ਸਾਲਾ ਤਾਂ ਬਰਗਰ ਜਿਹਾ ਖਾਂਦੇ ਆ ਇਹ, ਆਪਣਾ ਨਹੀਂ ਹੈਗਾ ਇਹ ਕੋਕ ਪੀਣ ਵਾਲੇ ਹੀ ਕੈਰੀ ਵੀਰੇ, ਨੱਚ ਕੇ ਦਿਖਾ ਚੱਲ, ਨੱਚ ਕੇ ਦਿਖਾ, ਨੱਚ ਮੇਰੀ ਬੁਲਬੁਲ ਨੱਚ ਕੇ ਦਿਖਾ, ਫੜਾ ਮੇਰਾ ਹੁਕਮ ਆ ਬਾਈ, ਕੀ ਕਹਿੰਦਾ ਕਹਿੰਦਾ ਏਅਰਬਡਸ ਮਿਲ ਜਾਣਗੇ ਕੰਨਾਂ 'ਚ ਮਾਰਨੇ ਆ, ਕੋਈ ਨਹੀਂ ਨੱਚ ਕੇ ਦਿਖਾ ਸਾਰਾ ਕੁਛ ਲੈ ਦਾਂਗੇ ਬੱਧੂ ਰਾਮ ਵੀਰੇ, ਤੇਰਾ ਪੱਕਾ ਗੜੀ ਆ, ਤੇਰਾ ਖਰਚ ਬੰਦਾ ਵੀ ਭੰਗੜਾ ਸਿੱਖੇ ਕਿਉਂ ਵੀ, ਸਹੀ ਗੱਲ ਆ ਬਾਈ ਚੱਲ ਬਾਈ ਚੱਲ ਹਾਂ ਨੱਚ, ਛੇਤੀ 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 ਬਾਈ 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 ਨੱਚ, ਹੁਣ ਹੁਕਮ ਹੋ ਗਿਆ ਬਾਈ, ਹੁਕਮ ਹੋ ਗਿਆ ਇਹ ਕੀ ਤਾਂ ਫਿਰ ਨਾ ਹੀ ਹੋ ਗਈ ਨਾ, ਹਾਂ ਬਾਈ ਇਹ ਕਿਹੜਾ ਜਵਾਕ ਦੇਖਦੇ ਸੀ ਬਸ ਘਰ ਯਾਰ, ਮੈਨੂੰ ਚੀਜ਼ ਚਾਹੀਦੀ ਆ ਉਹ ਹੈਗੀ ਸਿਰਫ ਬਾਈ, ਚੱਲ ਯਾਰ ਘਰੇ ਯਾਰ ਹਾਏ, ਏਡਾ ਫੋਨ ਤੈਨੂੰ ਦਵਾਤਾ ਹੈ ਬਾਈ ਯਾਰ, ਇਹਨੂੰ 15,000 ਦਾ ਫੋਨ ਦਵਾਤਾ ਯਾਰ, ਭਰਾਵਾ ਸਾਹ 10,000 ਥੋੜਾ ਹੁੰਦਾ ਯਾਰ, ਐਵੇਂ ਹੀ ਵਿਜਾੜੀ ਜਾਂਦਾ, ਕੋਈ ਕੀ ਚੀਜ਼ ਕੀ ਆ, ਕੋਈ ਕੰਮ ਦੀ ਵੀ ਹੋਵੇ ਵੀਰੋ, ਹਾਰਡ ਡਿਸਕ ਆ ਤੁਹਾਡੇ ਦੀ, ਹਾਰਡ ਡਿਸਕ ਕੀ ਕਰਨੀ ਆ, ਸਾਡੇ ਕੀ ਕੰਮ ਹੁੰਦੇ ਵੀ ਤੁਹਾਡੇ, ਵੀਡੀਓ ਬਣਾਇਆ ਕਰੂੰਗਾ ਮੈਂ, ਵਿੱਚ ਉਹਦੇ ਵਿੱਚ ਪਾ ਹਾਰਡ ਡਿਸਕ ਨਾਲ ਵੀਡੀਓ ਬਣਨੀ ਕਿ ਕੈਮਰੇ ਨਾਲ ਬਣਨੀ, ਫੋਨ ਤਾਂ ਹੈਗੇ ਆ ਉਹ, ਆਪਾਂ ਨਾ ਉਹ ਡਾਟਾ ਆਪਣੇ ਫੋਨ ਨਾਲ ਯਾਰ, ਬਸ ਕਰ ਯਾਰ ਬਾਈ ਯਾਰ, ਤੂੰ ਮਾ ਤਰਸ ਕਰ ਯਾਰ ਸਾਡੇ ਤੇ, ਤਰਸ ਕਰ ਭੋਰਾ ਯਾਰ, ਕੀ ਤੂੰ ਮੰਨ ਗਿਆ ਕਾਰਡ ਚੋ ਹੋਏ ਤਾਂ ਸਾਡੇ ਪੈਸੇ ਲੱਗਣੇ ਆ, ਇਹਦਾ ਕੀ ਜਾਣਾ ਵਾ ਬਾਈ, ਮਾੜਾ ਜਿਹਾ ਤਰਸ ਕਰ ਯਾਰ, ਦੇਖ ਲਾ ਇਹਨਾਂ ਨੇ ਮੈਨੂੰ ਬਾਅਦ ਚੋਂ ਦੇਣੇ ਨੀ ਘਰੇ ਜਾ ਕੇ ਪੈਸੇ, ਜਾਂ ਤਾਂ ਹੁਣੇ ਹੀ ਕਰ ਫਿਰ ਪ੍ਰੋਪਰ ਨਾਲ, ਆਪਾਂ ਯਾਰ ਉੱਥੇ ਜਾ ਕੇ ਅਸੀਂ ਕਹਿੰਦੇ 15,000 ਦੀ ਰਫਤਾਰ ਨੂੰ ਵੱਧ ਪਾ ਦਿੰਦੇ, ਕਿੱਥੇ ਉਹ ਬਈ ਲੱਭ ਹੀ ਗਈ ਯਾਰ,
ਨਾ ਹੀ ਹੋਵੇ ਬਾਈ, ਗਲਤ ਜੀ ਹੋਵੇ ਕੋਈ ਜਿਹੜੀ ਇਹਨੂੰ ਨਾ ਚਾਹੀਦੀ ਹੋਵੇ ਮਿਲ ਗਈ ਹਾਏ ਓਏ ਰੱਬਾ ਬਾਈ ਹਰਸ਼ ਗੱਲ ਮਾਨੇ ਆ ਤੈਨੂੰ ਫੋਨ ਲੈਤਾ ਨਾ ਯਾਰ ਬਾ ਬਹੁਤ ਆ ਯਾਰ ਕਿੰਨੇ ਜੀਬੀ ਦੀ ਹੁੰਦੀ ਹੈ ਕਿੰਨੇ ਕੁ ਜੀਬੀ ਦੀ ਹੁੰਦੀ ਲੈ 1000 ਜੀਬੀ ਹੈ ਵਨ ਟੀਬੀ ਬਣ ਗਿਆ ਫਿਰ ਤਾਂ ਫੋਨ ਲਾਉਂਦਾ ਮੈਂ ਜੋ ਵੀ ਮਿਲ ਜਾਵੇ ਇੱਥੇ ਸੈਮਸੰਗ ਦੀ ਚਾਹੀਦੀ ਆ ਮੈਨੂੰ ਬਸ ਮਿਲੇ ਨਾ ਬਾਈ ਯਾਰ ਕੱਢੇ ਯਾਰ ਨਾ ਸ਼ੁਕਰੀ ਨਾ ਬਾਈ ਅਸੀਂ ਤਾਂ ਨਾ ਨਾ ਹੀ ਕਰਨੀ ਆ ਬਾਈ ਇਧਰੋਂ ਪੈਸੇ ਲੱਗਣੇ ਆ ਤੂੰ ਗੇਮਾਂ ਖੇਡੀ ਚੱਲ ਮਿਲ ਗਈ ਆ ਜਾ ਫਾਈਨਲੀ ਬਾਈ ਜੀ ਮਿਲ ਗਈ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਕੀ ਬਾਈ ਘਰੇ ਫੋਨ ਲਾਇਆ ਵਾ ਹਨਾ ਮੰਮੀ ਨੂੰ ਮੰਮੀ ਕਿਤੇ ਚੱਲ ਜੋ ਮੰਗਦਾ ਫਿਰ ਲੈ ਦੋ ਹੁਣ ਚੈਲੰਜ ਕਰ ਰਿਹਾ ਜਿਹੜਾ ਫਿਰ ਦੋਣੀ ਪਈ ਯਾਰ ਓਦਾਂ ਮੈਂ ਸੋਚੀ ਕਦੇ ਨਹੀਂ ਲੈਣੀ ਸੀ ਜੇ ਮੈਨੂੰ ਆਪਦੇ ਪੈਸੇ ਲਾਉਣੇ ਪੈਂਦੇ ਸੀ ਚਾਹੇ ਮੈਂ ਜਿੰਨਾ ਮਰਜ਼ੀ ਔਖਾ ਹੁੰਦਾ ਇਹ ਮਿਲੀ ਆਪਾਂ ਨੂੰ ਬਾਈ ਜੀ 11000 ਰੁਪਏ ਦੀ ਥੈਂਕ ਯੂ ਵੀਰੇ ਚਾ ਕੋਈ ਨਹੀਂ ਹੋਰ ਹੋਰ ਤਾਂ ਨਹੀਂ ਕੁਝ ਮੰਗਣਾ ਚੱਲੇ ਘਰੇ ਮੋੜ ਮੈਨੂੰ ਥੈਂਕ ਯੂ ਨਹੀਂ ਕਿਹਾ ਯਾਰ ਪਹਿਲਾਂ ਪੈਸੇ ਨੂੰ ਗੂਗਲ ਪੇ ਕਰ ਫਿਰ ਥੈਂਕ ਯੂ ਬੋਲੂਗਾ ਚੱਲੀਏ ਫਿਰ ਘਰੇ ਹੁਣ ਕਿਉਂ ਚੱਲੀਏ ਅਜੇ ਨਹੀਂ ਬਣੇ ਯਾਰ ਰਾਤ ਪੱਕਾ ਆਜ ਚੱਲ ਉੱਪਰ ਚਲੋ ਬੜਾ ਕਾਗਜ ਕੂਗਜ ਖੁੱਲ ਜਾ ਖੁੱਲ ਜਾ ਸਿਮ ਸਿਮ ਪਾਵਰ ਬੈਂਕ ਨੀ ਹੈਗੀ ਇਹ ਭਰਾਵਾ ਉਹ ਤਾਂ ਦੇਖੋ ਮੇਰੀ ਆਈਡੀ ਖੁੱਲੀ ਹੋਈ ਆ ਦੇਖੋ ਬਾਈ ਇਹ ਚੀਜ਼ ਆ ਦੇਖੋ ਆਹ ਚੀਜ਼ ਆ ਇਹ ਕੱਲੀ ਪਤਾ ਕਿੰਨੇ ਰੁਪਏ ਦੀ ਆ 10000 ਰੁਪਏ ਦੀ ਨੀ ਕੀ ਇਹ ਇਹ ਚਲਾਤੀ ਇਹ ਹੁਣ ਜਿਹੜੀ ਆਹ ਚੀਜ਼ ਆ ਆਪਣੀ ਰਿਸਪੋਂਸੀਬਿਲਟੀ ਤੇ ਹੀ ਖੇਡਿਓ।